ਠਾਕਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾ ਤੁਮਾਰ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੇ ਤੁਮਰੇ ਸੁਤਰ ਤੁਮਰੀ ਗਤ ਮਿਤ ਤੁਮਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੇ। ਬੋਲੋ ਜੀ ਸ੍ਰੀ ਵਾਹਿਗੁਰੂ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਾਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠੇ ਸ਼ਬਦ ਕਜਾਏ ਏਕ ਬਹਾਦਰ ਸਿਮਰਿਆ ਘਰ ਨਾ ਨਿਧਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੀ ਖਾਲਸਾ ਜੀ ਵਾਲਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੀ ਖਾਲਸਾ ਜੇ ਵਾਲਾ ਜੇ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਉੱਬਲਦੀਆਂ ਦੇਗਾਂ ਵਿੱਚ ਬੈਠੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਕੇ ਸਿੱਧਕ ਕਿਸਾ ਸਵਾਸਾ ਸੰਗ ਨਿਭਾਇਆ ਤਿੰਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੇ ਵਾਲਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰੂ ਧਾਮਾਂ ਦਾ ਧਿਆਨ ਧਰ ਕੇ ਵਾਲਾ ਜੇ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੈ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਤੇ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੇਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਵਾਲਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗ ਜਗ ਅਟਲ ਧਰਮ ਕਾ ਜੈਕਾਰ ਵਾਲਾ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ
ਸੇਵਾ ਸੰਭਾਲਦਾ ਦਾਨ ਆਪਣੇ ਪੰਥ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਤਰਜਾਮੀ ਸਰਗੁਰ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਰਗੁਰ ਜੀ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਆਪ ਜੀ ਨੇ ਧੰਨ ਧੰਨ ਬਾਲਾ ਪ੍ਰੀਤਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨ ਵਿੱਚ ਸੁਖ ਮਨੇ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਜਪ ਜੀ ਸਾਹਿਬ ਜਪ ਸਾਹਿਬ ਸਵਈਏ ਚੌਪਾਈ ਸਾਹਿਬ ਆਨੰਦ ਸਾਹਿਬ ਦੇ ਪਾਠ ਹੋਏ ਸਤਿਗੁਰ ਜੀ ਸ਼ਬਦ ਚੌਂਕੇ ਗੁਰਮੰਤਰ ਦੇ ਜਪ ਹੋਏ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਗਲਤੀਆਂ ਅੱਖਰ ਵਾਰ ਘਾਟ ਭੁਲਚੁੱਕ ਮਾਫ਼ ਕਰਨੇ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੁਣਨ ਦੇ ਸਮਰੱਥਾ ਬਲਪਤੀ ਬਖਸ਼ਿਸ਼ ਕਰਨੇ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫਲ ਭੇਟ ਮਾਇਆ ਯਾਤਰਾ ਸੇਵਾ ਦਰ ਪ੍ਰਵਾਨ ਕਰਨੇ ਬਾਣੀ ਪੜ੍ਹੇ ਸੁਣੇ ਸੱਚਖੰਡ ਪ੍ਰਵਾਨ ਕਰਨੇ ਪੜ੍ਹੇ ਸੁਣੇ ਬਾਣੀ ਦਾ ਭਾਵ ਸਮੋ ਸਾਧ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਰਬੱਤ ਦੇ ਕਾਰਜ ਰਾਸ ਕਰਨੇ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨੀਆਂ ਵਾਰ ਮਦਾਨ ਫਤਿਹ ਚੜ੍ਹਦੀਆਂ ਕਲਾ ਬਖਸ਼ਿਸ਼ ਕਰ ਅੰਗ ਸੰਗ ਸਹਾਈ ਹੋਣਾ ਦਰਾ ਘਰਾਂ ਗੁਰਸਿੱਖੀ ਜੀਵਨ ਨਾਮ ਦਾ ਨਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਦਰੋ ਕਰੋ ਬਖਸ਼ਿਆ ਦਾਤਾਂ ਵਿੱਚ ਸਮੋ ਸਾਧ ਸੰਗਤ ਵੱਲੋਂ ਪਾਵਨ ਹਜ਼ੂਰੀ ਵਿਖੇ ਪਾਵਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਈ ਦਰ ਪ੍ਰਵਾਨ ਹੋਏ ਦਰ ਪ੍ਰਵਾਨ ਪ੍ਰਸ਼ਾਦ ਸਰਬੱਤ ਸਾਧ ਸੰਗਤ ਵਿੱਚ ਵਰਤੇ ਜੋ ਜੀ ਸ਼ਕਾ ਆਪ ਜੀ ਦਾ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੈ ਆਪ ਜੀ ਦਰ ਤੇ ਜੋ ਜੀ ਆਏ ਸੋ ਰਾਜੀ ਜਾਏ ਸੁਖ ਹੋਵੇ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੌਰਾ ਆਗਿਆ ਭਾਈ ਅਕਾਲ ਕੇ ਸਭ ਸਿੱਖਣ ਕਾ ਹੁਕਮ ਗੁਰੂ ਗ੍ਰੰਥ ਜੀ ਮੰਨਿਆ ਜਾ ਪ੍ਰਭ ਕਾ ਮਿਲਵੋ ਚਾਹੇ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੇਂਗੇ ਠੀਕਰ ਪੋਰ ਦਿਲੇਸ ਸਰ ਤੇਗ ਬਹਾਦਰ ਸੇ ਕਰਿਆ ਤੇਗ ਬਹਾਦਰ ਕੇ ਚਲਤ ਹਾ ਸਭ ਜਗ ਪਾਇਆ ਬੋਲੇ ਖਾਲਸਾ ਵਾਹ
ਵਾਹਿਗੁਰੂ ਜੀ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸਤਿਗੁਰ ਕਾ ਜੋ ਸਿੱਖ ਅਖਾਇ, ਸੁਭਾਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਾਲ ਕੇ ਪਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁਖ ਲਹਿ ਜਾਵੈ। ਫਿਰ ਚੜ੍ਹ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸੁਕਹੂੰ ਟਲ ਗੁਰ ਸੇਵੀਐ, ਅਹਿਨ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਤਨਾਸਰੀ, ਮਹਿਲਾ ਤੀਜਾ, ਕਾਚਾ ਧਨ ਸੰਚ ਮੂਰਖ ਗਵਾਰ, ਮਨ ਮੁਖ ਭੂਲ ਆਂਦ ਗਵਾਰ, ਕਾਚਾ ਧਨ ਸੰਚ ਹੈ ਮੂਰਖ ਗਵਾਰ, ਮਨ ਮੁਖ ਭੂਲ ਆਂਦ ਗਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਰਹਾਉ ਮਨ ਮੁਖ ਭੂਲ ਸਭ ਮਰੇ ਗਵਾਰ, ਭਵ ਜਲ ਡੂਬ ਨਾ ਉਰਵਾਰ ਨਾ ਪਾਰ, ਸਤਿਗੁਰ ਭੇਟ ਪੂਰਾ ਭਾਗ, ਸਾਚ ਰਤੇ ਅਹਿਨਿਸ ਬੈਰਾਗ।
चहु जुग में अमृत साचे बाणे पूरे पाग हर नाम समाणे सिद्ध साधक तरसे सब लोए पूरा पाग प्राप्त होए सब किश साचन साचा है सोए उत्तम ब्रह्म पहचान कोए सच साच सच आप दृढ़ाए नानक आप वेख आप सच लाए सच 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 आप दृढ़ाए नानक आप वेख आप सच लाए वाहिगुरु जी का खालसा वाहिगुरु जी की फतेह। तनासरी महला तीजा काचा धन संचे मूर्ख गावार मनमुख भूले अंध गावार बिखिया कै तन सदा दुख होए ना साथ जाए ना प्राप्त होए। ये पावन मुख वाक तनासरी राग अंदर श्री गुरु अमरदास महाराज जी का श्री गुरु ग्रंथ साहिब महाराज जी दे अंग 665 ते सवाए मान है। सतगुरु जी रहमत करन सतगुरु जी का पवित्र पावन उपदेश साढ़े हिरदयां विच वस जाए। सतगुरु जी सारियां संगतां दियां हाजरियां सेवावां पेटा दर प्रवान करन अपने दरों करों सरबत दे परिवारां विच कारोबारां विच चढ़दियां कला बख्शिश करन। वाहिगुरु जी का खालसा वाहिगुरु जी की फतेह।